ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪ ਜੀ ਦੇ ਆਪਣੇ ਚੈਨਲ ਮਿਸਟਰ ਚਾਹਲ ਦੇ ਉੱਪਰ ਦੋਸਤੋ ਪੰਜਾਬ ਵਿੱਚ ਇੱਕ ਗੱਲ ਆਮ ਹੀ ਸੁਣਨ ਨੂੰ ਮਿਲਦੀ ਹੈ ਕਿ ਜਿੰਨਾ ਚਿਰ ਆਪਾਂ ਨੂੰ ਚਾਹ ਨਹੀਂ ਮਿਲਦੀ ਉਹਨਾਂ ਚਿਰੇ ਸਰੀਰ ਕੰਮ ਨਹੀਂ ਕਰਦਾ ਜਦੋਂ ਚਾਹ ਮਿਲਦੀ ਆ ਉਦੋਂ ਹੀ ਸਰੀਰ ਬਣਦਾ ਹੈ ਜੇਕਰ ਕੋਈ ਕੰਮ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਚਾਹ ਪਿੰਦੇ ਹੀ ਪਿੰਦਿਆਨ ਤੁਸੀਂ ਅਕਸਰ ਇਹ ਦੇਖਿਆ ਤੇ ਸੁਣਿਆ ਹੋਊਗਾ ਕਿ ਸਵੇਰੇ ਉੱਠਣ ਮਿਲੇ ਸਾਨੂੰ ਚਾਹ ਚਾਹੀਦੀ ਹੈ ਪੰਜਾਬ ਦੇ ਹਰ ਘਰ ਵਿੱਚ ਘੱਟੋ ਘੱਟ ਦਿਨ ਵਿੱਚ ਚਾਰ ਤੋਂ ਪੰਜ ਵਾਰੀ ਚਾਹ ਬਣਦੀ ਹੋਵੇਗੀ ਤੇ ਤੁਸੀਂ ਖੇਤਾਂ ਵਿੱਚ ਵੀ ਆਮ ਹੀ ਦੇਖਿਆ ਹੋਊਗਾ ਕਿ ਖੇਤਾਂ ਵਿੱਚ ਚਾਹ ਧਰਦੇ ਹਨ ਜਾਂ ਘਰਾਂ ਵਿੱਚ ਚਾਹ ਧਰਦੇ ਹਨ ਤਾਂ ਦੋ ਤਿੰਨ ਵਾਰੀ ਘੱਟੋ ਘੱਟ ਦੋ ਤਿੰਨ ਦੋ ਤਿੰਨ ਵਾਰੀ ਤਾਂ ਚਾਹ ਪਿੰਦੇ ਹੀ ਪਿੰਦਿਆਨ ਤੇ ਉਹ ਵੀ ਕੌਲੇ ਪਰ ਪਰ ਕੇ ਪਰ ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਚਾਹ ਤੁਹਾਡੇ ਲਈ ਕਿੰਨੀ ਹਾਨੀਕਾਰਕ ਹੈ ਜਾਂ ਇਹ ਕਿੰਨਾ ਲੋਕਾਂ ਲਈ ਬਰਦਾਨ ਹੈ ਜੀ ਹਾਂ ਦੋਸਤੋ ਆਪਣੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਚਾਹ ਕਿੰਨਾ ਲੋਕਾਂ ਲਈ ਦਵਾਈ ਦਾ ਕੰਮ ਕਰਦੀ ਹੈ ਤੇ ਕਿੰਨਾ ਲੋਕਾਂ ਦੀ ਇਹ ਹਾਨੀਕਾਰਕ ਹੈ ਸੋ ਦੋਸਤੋ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਚਾਹ ਪੰਜਾਬ ਵਿੱਚ ਕਿਵੇਂ ਆਈ ਸੋ ਦੋਸਤੋ ਚਾਹ ਆਪਣੇ ਇੰਡੀਆ ਵਿੱਚ ਮੌਜੂਦ ਨਹੀਂ ਸੀ ਇਹ ਜਦੋਂ ਅੰਗਰੇਜ਼ ਇੰਡੀਆ ਵਿੱਚ ਆਏ ਸੀ ਤਾਂ ਆਪਣੇ ਨਾਲ ਲੈ ਕੇ ਆਏ ਸੀ ਉਹ ਆਪਣਾ ਬਿਜ਼ਨਸ ਵਧਾਉਣਾ ਚਾਹੁੰਦੇ ਸੀ ਉਹਨਾਂ ਨੇ ਇੰਡੀਆ ਵਿੱਚ ਜਦੋਂ ਉਹ ਆਏ ਤਾਂ ਉਹਨਾਂ ਨੇ ਚਾਹ ਦੇ ਬਾਗ ਲਗਾਉਣੇ ਸ਼ੁਰੂ ਕੀਤੇ ਚਾਹ ਦੀ ਇੱਕ ਸਪੈਸ਼ਲਿਟੀ ਹੈ ਕਿ ਹਰ ਇੱਕ ਇਲਾਕੇ ਵਿੱਚ ਨਹੀਂ ਹੁੰਦੀ ਸੋ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਕੁਝ ਗਿਣਵੇਂ ਿਲਾਕੇ ਸਿਲੈਕਟ ਕੀਤੇ ਤੇ ਉਹਨਾਂ ਵਿੱਚ ਆਪਣੇ ਚਾਹ ਦੇ ਬਾਗ ਲਗਾਏ ਤੇ ਹੌਲੀ-ਹੌਲੀ ਟਰਾਂਸਪੋਰਟ ਦੇ ਸਾਧਨ ਇੰਨੇ ਵੱਧ ਗਏ ਕਿ ਚਾਹ ਇੰਡੀਆ ਦੇ ਹਰ ਇਲਾਕੇ ਹਰ ਹਰ ਇੱਕ ਸਟੇਟ ਵਿੱਚ ਹਰ ਇੱਕ ਰਾਜ ਵਿੱਚ ਚਾਹ ਪਹੁੰਚਣ ਲੱਗੀ ਕੋਈ ਵੀ ਵਿਅਕਤੀ ਅਜਿਹਾ ਨਹੀਂ ਰਹਾ ਜਿਸ ਕੋਲ ਚਾਹ ਨਾ ਹੋਵੇ ਪਰ ਦੋਸਤੋ ਇਹ ਚਾਹ ਅੰਗਰੇਜ਼ ਆਪਣੇ ਨਾਲ ਲੈ ਕੇ ਆਏ ਸੀ ਕਿਉਂਕਿ ਉਹਨਾਂ ਦੇ ਇਲਾਕੇ ਵਿੱਚ ਚਾਹ ਦੀ ਖੇਤੀ ਹੁੰਦੀ ਸੀ ਪਰ ਦੋਸਤੋ ਪੰਜਾਬ ਵਿੱਚ ਇਹ ਖੇਤੀ ਆਪਾਂ ਕਿਉਂ ਨਹੀਂ ਕਰ ਸਕਦੇ ਇਸ ਦੇ ਪਿੱਛੇ ਕੀ ਕਾਰਨ ਹੈ ਕਿ ਪੰਜਾਬ ਵਿੱਚ ਚਾਹ ਦੀ ਖੇਤੀ ਨਹੀਂ ਹੋ ਸਕਦੀ ਕਿਉਂਕਿ ਚਾਹ ਠੰਡੇ ਇਲਾਕਿਆਂ ਵਿੱਚ ਹੀ ਹੁੰਦੀ ਹੈ ਜਦਕਿ ਪੰਜਾਬ ਇੱਕ ਗਰਮ ਇਲਾਕਾ ਹੈ ਪੰਜਾਬ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਤੇ ਠੰਡ ਬਹੁਤ ਘੱਟ ਪੈਂਦੀ ਹੈ। ਰੱਬ ਸਭ ਤੋਂ ਵੱਡਾ ਜਾਣ ਜਾਂਦਾ ਹੈ। ਉਸ ਨੂੰ ਪਤਾ ਹੈ ਕਿ ਗਰਮ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਚਾਹ ਹਾਨੀਕਾਰਕ ਹੈ। ਇਸ ਲਈ ਉਹ ਆਪਣੇ ਆਸ-ਪਾਸ ਚਾਹ ਹੁਣ ਹੀ ਨਹੀਂ ਦਿੰਦਾ। ਦੋਸਤੋ ਹੋ ਸਕਦਾ ਹੈ ਕਿ ਤੁਹਾਨੂੰ ਇਹ ਮਜ਼ਾਕ ਲੱਗੇ ਪਰ ਇਹ ਹੀ ਸੱਚ ਹੈ। ਚਲੋ ਦੋਸਤੋ ਜਾਣਦੇ ਹਾਂ ਕਿ ਚਾਹ ਕਿੰਨਾ ਲੋਕਾਂ ਦੀ ਵਰਦਾਨ ਹੈ। ਸੋ ਦੋਸਤੋ ਜੋ ਲੋਕ ਠੰਡੇ ਇਲਾਕਿਆਂ ਵਿੱਚ ਰਹਿੰਦੇ ਹਨ ਜਿਵੇਂ ਕਿ ਅੰਗਰੇਜ਼ ਜੋ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹਨ ਉੱਧਰ ਜ਼ਿਆਦਾਤਰ ਠੰਡ ਹੀ ਰਹਿੰਦੀ ਹੈ। ਮੌਸਮ ਠੰਡਾ ਰਹਿੰਦਾ ਹੈ। ਜਿਸ ਕਾਰਨ ਉਹਨਾਂ ਦਾ ਬੀਪੀ ਯਾਨੀ ਕਿ ਬਲੱਡ ਪ੍ਰੈਸ਼ਰ ਘੱਟ ਹੀ ਰਹਿੰਦਾ ਹੈ ਉਸ ਬੀਪੀ ਨੂੰ ਨਾਰਮਲ ਕਰਨ ਲਈ ਉਹ ਚਾਹ ਪੀਂਦੇ ਹਨ ਚਾਹ ਉਹਨਾਂ ਲਈ ਇੱਕ ਮੈਡੀਸਨ ਦਾ ਕੰਮ ਕਰਦੀ ਹੈ ਉਹ ਠੰਡੇ ਇਲਾਕਿਆਂ ਵਿੱਚ ਰਹਿੰਦੇ ਹਨ ਜਿਸ ਕਾਰਨ ਉਹਨਾਂ ਦਾ ਬੀਪੀ ਜੇਕਰ ਘੱਟ ਜਾਂਦਾ ਹੈ ਤਾਂ ਚਾਹ ਪੀਣ ਨਾਲ ਉਹਨਾਂ ਦਾ ਬੀਪੀ ਨਾਰਮਲ ਹੋ ਜਾਂਦਾ ਸੋ ਦੋਸਤੋ ਤੁਹਾਨੂੰ ਪਤਾ ਲੱਗ ਹੀ ਗਿਆ ਹੋਗਾ ਕਿ ਚਾਹ ਉਹਨਾਂ ਲੋਕਾਂ ਲਈ ਵਰਦਾਨ ਹੈ ਜਿਨ੍ਹਾਂ ਦਾ ਬੀਪੀ ਘੱਟ ਹੁੰਦਾ ਹੈ ਪੰਜਾਬ ਦਾ ਇਲਾਕਾ ਤਾਂ ਗਰਮ ਹੈ ਇੱਥੇ ਲੋਕਾਂ ਦਾ ਬੀਪੀ ਜਾਂ ਤਾਂ ਨਾਰਮਲ ਹੁੰਦਾ ਹੈ ਜਾਂ ਬਹੁਤ ਜ਼ਿਆਦਾ ਹਾਈ ਹੁੰਦਾ ਹੈ ਪਰ ਫਿਰ ਵੀ ਆ ਪਾਂਚਾ ਦੇ ਕੋਲੇ ਪਰ ਪਰ ਕੇ ਪੀ ਜਾਂਦੇ ਆ ਜੋ ਕਿ ਆਪਣੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹਨ ਸੋ ਦੋਸਤੋ ਤੁਸੀਂ ਜਾਣ ਹੀ ਗਏ ਹੋਵੋਗੇ ਕਿ ਚਾਹ ਗਰਮ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਕਿੰਨੀ ਜ਼ਿਆਦਾ ਹਾਨੀਕਾਰਕ ਹੈ ਤੇ ਠੰਡੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਇਹ ਵਰਦਾਨ ਹੈ ਦੋਸਤੋ ਰੱਬ ਨੇ ਰੱਬ ਨੇ ਇਹ ਧਰਤੀ ਸਿਰਜੀ ਹੈ ਇੱਥੇ ਲੋਕ ਬਣਾਏ ਹਨ ਉਸ ਨੂੰ ਪਤਾ ਹੈ ਕਿ ਇਨਸਾਨ ਨੂੰ ਜਿਉਂਦੇ ਰਹਿਣ ਲਈ ਕਿੰਨੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਸ ਉਸ ਨੇ ਆਪਣੇ ਸਰੀਰ ਨੂੰ ਸੈੱਟ ਰੱਖਣ ਲਈ ਸਿਹਤਮੰਦ ਰੱਖਣ ਲਈ ਉਹ ਸਾਰੀਆਂ ਚੀਜ਼ਾਂ ਦਿੱਤੀਆਂ ਹਨ ਜੋ ਆਪਣੇ ਸਰੀਰ ਦੇ ਜ਼ਰੂਰੀ ਹਨ ਆਪਣੇ ਆਲੇ ਦੁਆਲੇ ਵਿੱਚ ਉਹ ਸਭ ਚੀਜ਼ਾਂ ਉਗਦੀਆਂ ਹਨ ਉਹਨਾਂ ਦੀ ਖੇਤੀ ਹੁੰਦੀ ਹੈ ਪਰ ਚਾਹ ਦੀ ਖੇਤੀ ਆਪਣੇ ਆਸ-ਪਾਸ ਕਿਉਂ ਨਹੀਂ ਹੋ ਸਕਦੀ ਕਿਉਂਕਿ ਇਹ ਆਪਣੇ ਲਈ ਹਾਨੀਕਾਰਕ ਹੈ ਆਪਣੇ ਸਰੀਰ ਲਈ ਇਹ ਮਾਫਕ ਨਹੀਂ ਹੈ ਦੋਸਤੋ ਤੁਸੀਂ ਆਮ ਹੀ ਦੇਖਿਆ ਹੋਊਗਾ ਕਿ ਜੇਕਰ ਤੁਸੀਂ ਕਿਸੇ ਕੁੱਤੇ ਨੂੰ ਚਾਹ ਦੀ ਪੈਲੀ ਪਾਉਂਦੇ ਹੋ ਤਾਂ ਉਹ ਵੀ ਚਾਹ ਨਹੀਂ ਪੀਂਦਾ ਕਿਉਂਕਿ ਜਾਨਵਰ ਇਹ ਸਭ ਚੀਜ਼ਾਂ ਸਮਝਦੇ ਹਨ ਕਿ ਚਾਹ ਉਹਨਾਂ ਲਈ ਮਾਫਕ ਨਹੀਂ ਹੈ ਸੋ ਦੋਸਤੋ ਜਿਨ੍ਹਾਂ ਲੋਕਾਂ ਦਾ ਬੀਪੀ ਘਟ ਹੈ ਜੇਕਰ ਉਹ ਚਾਹ ਪੀਂਦੇ ਹਨ ਤਾਂ ਉਹਨਾਂ ਲਈ ਇਹ ਹਾਨੀਕਾਰਕ ਕਿਵੇਂ ਹੈ ਚਲੋ ਜਾਣਦੇ ਹਾਂ ਤੋ ਦੋਸਤੋ ਤੁਸੀਂ ਜਾਣਦੇ ਹੋਵੋਗੇ ਕਿ ਆਪਣਾ ਜੋ ਢਿੱਡ ਹੈ ਆਪਣਾ ਪੇਟ ਹੈ ਉਹ ਐਸਿਡਿਕ ਹੁੰਦਾ ਹੈ ਤੇ ਜਿਹੜੀ ਚਾਹ ਹੁੰਦੀ ਹੈ ਉਹ ਵੀ ਐਸਿਡਿਕ ਹੁੰਦੀ ਹੈ ਤੇ ਜਦੋਂ ਦੋ ਐਸਿਡਿਕ ਦੇ ਐਸਿਡਿਕ ਚੀਜ਼ਾਂ ਮਿਲਦੀਆਂ ਨੇ ਤਾਂ ਆਪਣਾ ਪੇਟ ਹੋਰ ਜ਼ਿਆਦਾ ਐਸਿਡਿਕ ਹੋ ਜਾਂਦਾ ਹੈ ਤੇ ਹੌਲੀ-ਹੌਲੀ ਆਪਣਾ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਆਪਾਂ ਡਾਕਟਰ ਕੋਲ ਜਾਂਦੇ ਹਾਂ ਆਪਾਂ ਨੂੰ ਦਵਾਈਆਂ ਖਾਣੀਆਂ ਪੈਂਦੀਆਂ ਹਨ ਤੇ ਫਿਰ ਇਹ ਦਵਾਈਆਂ ਨਹੀਂ ਛੱਡਦੇ ਆ ਡਾਕਟਰ ਵੀ ਕਹੇਗਾ ਕਿਉਂਕਿ ਉਸ ਦੀਆਂ ਦਵਾਈਆਂ बिक ਰიან ਤਾਂ ਉਸ ਨੂੰ ਦਵਾਈ ਲੈਣ ਲਈ ਹੀ ਕਹੇਗਾ ਸੋ ਦੋਸਤੋ ਜੇਕਰ ਤੁਸੀਂ ਇਹ ਨਹੀਂ ਚਾਹੁੰਦੇ ਕਿ ਤੁਹਾਨੂੰ ਵੀ ਦਵਾਈਆਂ ਖਾਣੀਆਂ ਪੈਣ ਤਾਂ ਚਾਹ ਨੂੰ ਅੱਜ ਹੀ ਛੱਡ ਦਿਓ ਇਹ ਹੀ ਤੁਹਾਡੇ ਲਈ ਹੈਲਦੀ ਹੋਵੇਗਾ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਅੱਗੇ ਤੋਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ